ਇਸ ਕਲਯੁੱਗ ਦੇ ਦੌਰ ਵਿੱਚ ਜਿੱਥੇ ਲੋਕ
ਆਪਣੇ ਮਾਪਿਆਂ ਨੂੰ ਵੀ ਘਰੋਂ ਬੇਘਰ ਕਰ ਦਿੰਦੇ ਨੇ। ਉੱਥੇ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਔਰਤ ਦੀ ਕਹਾਣੀ ਦਿਖਾਉਣ ਜਾ ਰਹੇ ਹਾਂ ਜਿਸ ਨੇ ਹਜ਼ਾਰਾਂ ਬੇਸਹਾਰਾ ਜਾਨਵਰਾਂ ਦੇ ਲਈ 1 ਕਰੋੜ ਰੁਪਏ ਦਾ ਆਪਣਾ ਘਰ ਹੈ ਜਿਹੜਾ ਉਹ ਸੇਵਾ ਵਿੱਚ ਲਗਾ ਦਿੱਤਾ। ਮੇਰੇ ਨਾਲ ਇਸ ਵਕਤ ਸੋਨੀਆ ਚੌਧਰੀ ਜੀ ਮੌਜੂਦ ਨੇ। ਸੋਨੀਆ ਜੀ, 1 ਕਰੋੜ ਰੁਪਏ ਦਾ ਘਰ ਤੁਸੀਂ ਇਸ ਜਾਨਵਰਾਂ ਦੀ ਸੇਵਾ ਵਿੱਚ ਲਗਾ ਰਹੇ, ਕਿਵੇਂ ਮਨ ਦੇ ਵਿੱਚ ਵਿਚਾਰ ਆਇਆ ਤੁਹਾਡਾ? ਇਹ ਮਨ ਦੇ ਵਿਚਾਰ ਮੇਰਾ ਜਿਹੜਾ ਕਰੋਨਾ ਦਾ ਟਾਈਮ ਪੀਰੀਅਡ ਸੀਗਾ, ਸਾਨੂੰ ਪਤਾ ਹੈ ਕਿ ਸਾਰਿਆਂ ਉੱਤੇ ਬਹੁਤ ਜ਼ਿਆਦਾ ਇੱਕ ਕ੍ਰੂਸ਼ਲ ਟਾਈਮ ਸੀਗਾ। ਉਹਦੇ 'ਚ ਇਨਸਾਨਾਂ ਦੀ ਇੰਨੀ ਬੁਰੀ ਹਾਲਤ ਹੋਈ ਅਤੇ ਜਾਨਵਰਾਂ ਦੀ ਤਾਂ ਕੋਈ ਗਿਣਤੀ ਨਹੀਂ ਸੀਗੀ। ਜਦੋਂ ਮੈਂ ਉਸ ਟਾਈਮ 'ਤੇ ਦੇਖਿਆ ਕਿ ਜਿਸ ਤਰ੍ਹਾਂ ਸਾਡੇ 'ਤੇ ਮੁਸੀਬਤ ਪੈਂਦੀ ਆ, ਅਸੀਂ ਕਿੰਝ ਇੱਕ ਦੂਜੇ ਦੀ, ਕਿਉਂਕਿ ਇਨਸਾਨ ਬੋਲ ਸਕਦਾ ਪਰ ਇਹ ਬੇਜ਼ੁਬਾਨ ਅਤੇ ਰੋਟੀ ਵੀ ਨਹੀਂ ਮੰਗ ਕੇ ਖਾ ਸਕਦਾ, ਕਿੰਝ ਆਪਾਂ ਇਨਸਾਨਾਂ ਵਾਸਤੇ ਲੰਗਰ ਲਗਾ ਦਿੱਤੇ। ਮੇਰੇ ਮਨ 'ਚ ਬੈਠੇ ਬੈਠੇ ਵਿਚਾਰ ਆਇਆ ਕਿ ਇਨਸਾਨ ਤਾਂ ਕਹਿੰਦਾ ਪਿਆ ਮੈਂ ਇੱਥੇ ਭੁੱਖਾ ਆ, ਮੈਂ ਇੱਥੇ ਫਸੇਦਾ, ਅਸੰਖੇ ਬੇਜ਼ੁਬਾਨ ਇਸ ਤਰ੍ਹਾਂ ਨੇ ਵਿਚਾਰੇ, ਕਿਉਂਕਿ ਬਾਜ਼ਾਰ ਇੱਕਦਮ ਬੰਦ ਹੋ ਗਏ ਜਿੱਥੇ ਉਹ ਰੋਟੀ ਉਹਨਾਂ ਦੀ ਚੱਲਦੀ ਸੀਗੀ, ਕੋਈ ਢਾਬੇ ਦੇ ਬਾਹਰ, ਕੋਈ ਰੇਹੜੀ ਦੇ ਬਾਹਰ। ਜਦੋਂ ਮੇਰੇ ਮਨ ਦੇ ਵਿੱਚ ਇਹ ਵਿਚਾਰ ਆਇਆ, ਮੈਂ ਇੰਨਾ ਜ਼ਿਆਦਾ ਘਬਰਾ ਗਈ, ਇੰਨਾ ਜ਼ਿਆਦਾ ਮੈਨੂੰ ਪਰੇਸ਼ਾਨੀ ਦਿੱਤੀ ਇਸ ਵਿਚਾਰ ਨੇ ਕਿ ਜੇ ਸਾਨੂੰ ਭੁੱਖ ਲੱਗਦੀ ਹੈ ਇਹਨਾਂ ਨੂੰ ਵੀ ਤਾਂ ਭੁੱਖ ਲੱਗਦੀ ਹੈ। ਅਤੇ ਉਸ ਟਾਈਮ ਤੋਂ ਜਿਹੜੀ ਮੇਰੀ ਇੱਕ ਸੋਚ ਜਿਹੜੀ ਹੈ ਇਹਨਾਂ ਪ੍ਰਤੀ ਬਦਲਣੀ ਸ਼ੁਰੂ ਹੋ ਗਈ, ਉਹ ਫੀਡਿੰਗ ਸਟਾਰਟ ਕੀਤੀ। ਮੈਂ 5 ਪਹਿਲਾਂ ਬੱਚਿਆਂ ਤੋਂ, ਮੈਂ ਬੱਚੇ ਹੀ ਬੋਲਾਂਗੀ ਇਹਨਾਂ ਨੂੰ ਕਿਉਂਕਿ ਮੈਨੂੰ ਲੱਗਦਾ ਹੈ ਕਿ ਮੇਰੇ ਬੱਚਿਆਂ ਤੋਂ ਵੀ ਜ਼ਿਆਦਾ ਵਫਾਦਾਰ ਨੇ ਅੱਜ। ਜੇ ਮੈਂ ਧੁੱਪੇ ਖੜੀ ਹੁੰਦੀ ਹਾਂ ਤਾਂ ਮੇਰੇ ਨਾਲ ਖੜੇ ਹੁੰਦੇ ਨੇ, ਮੇਰੇ ਬੱਚੇ ਨਹੀਂ ਖੜੇ ਹੋਣਗੇ, ਪਰ ਇਹ ਮੇਰੇ ਨਾਲ ਡੱਟ ਕੇ ਖਲੋਂਦੇ ਨੇ। ਅਤੇ ਇਹ ਬੱਚਿਆਂ ਨੂੰ ਮੈਂ 5 ਬੱਚਿਆਂ ਨੂੰ ਖਾਣਾ ਸਟਾਰਟ ਕੀਤਾ, 5 ਦੇ ਨਾਲ ਵਧੇ ਗਏ, 10 ਹੋ ਗਏ, 15 ਹੋ ਗਏ, 20 ਹੋ ਗਏ, ਉਹ ਅੱਜ ਦੀ ਡੇਟ 'ਚ ਜਿਹੜੇ ਉਹ 1300 ਬੱਚੇ ਆ। ਮੈਂ ਸਮਝਦੀ ਹਾਂ ਕਿ ਈਸ਼ਵਰ ਨੇ ਮੈਨੂੰ ਇਸ ਕੰਮ ਵਾਸਤੇ ਚੁਣਿਆ, ਜੋ ਮੈਂ ਉਸ ਵਕਤ ਨਹੀਂ ਸਮਝ ਪਾਈ ਕਿ ਮੈਂ ਕਿਉਂ ਕਰੇ ਕਰਦੀ ਹਾਂ, ਕਿਉਂਕਿ ਹਰ ਚੀਜ਼ ਮੈਂ ਈਸ਼ਵਰ ਨੂੰ ਬਹੁਤ ਜ਼ਿਆਦਾ ਮੰਨਦੀ ਹਾਂ। ਅਤੇ ਮੈਨੂੰ ਲੱਗਦਾ ਕਿ ਉਹਨੇ ਹੀ ਮੇਰਾ ਇਹ ਚੁਣਾਵ ਕੀਤਾ, ਉਹਨੇ ਮੇਰੇ ਵਿੱਚ ਕੁਛ ਇਹ ਦੇਖਿਆ ਕਿ ਇਹ ਜਿਹੜਾ ਹੈ ਇਹਨੂੰ ਜ਼ਿੰਮੇਵਾਰੀ ਸੌਂਪ ਸਕਦੇ ਹਾਂ, ਅਤੇ ਅੱਜ 1300 ਬੱਚਿਆਂ ਦੀ ਜ਼ਿੰਮੇਵਾਰੀ ਹੈ। ਅਤੇ ਮੈਂ ਕੌਨਫੀਡੈਂਟ ਹੋ ਕੇ ਕਹਾਂਗੀ ਕਿ ਆਉਣ ਵਾਲੇ ਟਾਈਮ 'ਚ ਸਾਡਾ ਇਹਨਾਂ ਦੀ ਦੁਆਵਾਂ ਨਾਲ, ਇਹਨਾਂ ਬੇਜ਼ੁਬਾਨਾਂ ਦੀ ਦੁਆਵਾਂ ਨਾਲ, ਇਹਨਾਂ ਦੀ ਬਦੌਲਤ ਨਾਲ ਅਤੇ ਈਸ਼ਵਰ ਦੀ ਕਿਰਪਾ ਨਾਲ ਇੰਨਾ ਵਧੀਆ ਇਹ ਵਧੇਗਾ ਲੰਗਰ। ਮੈਂ ਇਹਨਾਂ ਨੂੰ ਪਵਿੱਤਰ ਲੰਗਰ ਦਾ ਨਾਮ ਦਿੰਦੀ ਹਾਂ, ਬੇਜ਼ੁਬਾਨਾਂ ਲਈ ਲੰਗਰ, ਜਿਹੜਾ ਕਿ ਆਪਾਂ ਪਿਛਲੇ 3 ਸਾਲਾਂ ਤੋਂ ਲਗਾਤਾਰ ਚਲਾਏ ਜਾ ਰਹੇ ਹਾਂ। ਅਤੇ ਅੱਜ ਦੀ ਡੇਟ 'ਚ ਆਪਾਂ 1300 ਬੱਚਿਆਂ ਨੂੰ ਖਾਣਾ ਖਿਲਾਉਂਦੇ ਹਾਂ, 500 ਸਾਡੇ ਸ਼ੈਲਟਰ ਦੇ ਅੰਦਰ ਨੇ, ਅਤੇ 800 ਬੱਚੇ ਜਿਹੜਾ ਆਪਾਂ ਰੋਜ਼ ਪਠਾਨਕੋਟ ਦੇ ਅਲੱਗ ਅਲੱਗ ਏਰੀਆਜ਼ ਦੇ ਵਿੱਚ ਉਹ ਬੱਚਿਆਂ ਨੂੰ ਖਾਣਾ ਪਾਉਂਦੇ ਹਾਂ। ਅੱਗੇ ਸਾਡੀ ਮੁਹਿੰਮ ਇਹੋ ਜਿਹੀ ਵਧੇਗੀ ਕਿ ਇੱਕ ਵੀ ਬੱਚਾ ਜਿਹੜਾ ਪਠਾਨਕੋਟ ਦਾ ਭੁੱਖਾ ਨਹੀਂ ਰਹੇਗਾ, ਭੁੱਖਾ ਨਹੀਂ ਸੋਵੇਗਾ। ਅਤੇ ਆਉਣ ਵਾਲੇ ਟਾਈਮ 'ਚ ਜਿਹੜਾ ਹੈ ਉਹ ਆਸ ਪਾਸ ਦੇ ਇਲਾਕੇ ਵੀ ਕਵਰ ਕਰਾਂਗੀ, ਅਤੇ ਇੱਕ ਦਿਨ ਹਿੰਦੁਸਤਾਨ 'ਚ ਵੀ ਇਹ ਕ੍ਰਾਂਤੀ ਆਏਗੀ ਕਿ ਲੋਕ ਸੋਚਣ ਆਪਣਾ ਖਾਣਾ ਖਾਣ ਤੋਂ ਪਹਿਲਾਂ, ਜੇ ਹਰ ਕੋਈ ਇਹ ਡਿਊਟੀ ਲੈ ਲੇ ਕਿ ਆਪਾਂ 2 ਬੱਚਿਆਂ ਦੀ ਜ਼ਿੰਮੇਵਾਰੀ ਚੁੱਕਣੇ ਆ। ਅਤੇ ਮੇਰਾ ਖਿਆਲ ਹੈ ਕਿ ਕੋਈ ਵੀ ਭੁੱਖਾ ਨਹੀਂ ਰਹੇਗਾ। ਇਹਨਾਂ ਦੇ ਢਿੱਡ ਭਰਨ ਦੇ ਨਾਲ ਨਾਲ ਇੱਕ ਹੋਰ ਸੀਕਰਟ ਹੈ, ਜੇ ਤੁਸੀਂ ਇਹਨਾਂ ਦਾ ਢਿੱਡ ਭਰ ਦਿਓ 2 ਜਾਨਵਰਾਂ ਦਾ, ਤਾਂ ਈਸ਼ਵਰ ਤੁਹਾਨੂੰ 100 ਮਤਲਬ ਕਪੈਸਿਟੀ ਹੋਰ ਦਿੰਦਾ, 100 ਗੁਣਾ ਦਿੰਦਾ, ਜੇ ਤੁਸੀਂ ਇਹਨਾਂ ਉੱਤੇ 10 ਰੁਪਏ ਖਰਚਦੇ ਹੋ ਨਾ। ਕਿਉਂਕਿ ਅੱਜ ਦੀ ਡੇਟ 'ਚ ਤੁਸੀਂ ਦੇਖਿਆ ਹੋਏਗਾ ਲੰਗਰ ਚੱਲਦੇ ਨੇ, ਬਹੁਤ ਵੱਡੇ ਵੱਡੇ ਛਬੀਲਾਂ ਲੱਗਦੀਆਂ, ਬਹੁਤ ਵੱਡੀਆਂ, ਉਹ ਕਿਹਦੇ ਵਾਸਤੇ ਹੈ? ਸਿਰਫ ਇਨਸਾਨਾਂ ਵਾਸਤੇ ਹੈ। ਜੇ ਕੋਈ ਹੱਟ ਕੇ ਇਹਨਾਂ ਬਾਰੇ ਸੋਚ ਲਏਗਾ ਨਾ, ਤਾਂ ਇਹ ਸੀਕਰਟ ਹੈ ਈਸ਼ਵਰ ਨੇ ਜਿਹੜਾ ਕਿਸੇ ਕਿਸੇ ਨੂੰ ਸਮਝਾਇਆ। ਲੋਕ ਕਹਿੰਦੇ ਹੋਣੇ ਇਹ ਪਾਗਲ ਹੈ, ਇਹ ਪਤਾ ਨਹੀਂ ਕਿਉਂ ਕਰਦੀ ਹੈ, ਪਰ ਮੈਨੂੰ ਕੁਛ ਨਾ ਕੁਛ ਤਾਂ ਮਿਲਿਆ ਹੋਏਗਾ ਨਾ, ਕੁਛ ਨਾ ਕੁਛ ਤਾਂ ਹਾਸਿਲ ਹੋਇਆ ਹੋਏਗਾ ਨਾ। ਉਹ ਕੀ ਹਾਸਿਲ ਹੋਇਆ? ਉਹ ਇਹ ਹਾਸਿਲ ਹੋਇਆ ਕਿ ਈਸ਼ਵਰ ਨੇ ਕਦੀ ਕਮੀ ਨਹੀਂ ਆਉਣ ਦਿੱਤੀ, ਜੇ ਮੈਂ ਆਪਣਾ ਕੰਮ ਇਮਾਨਦਾਰੀ ਨਾਲ ਕਰਦੀ ਪਈ ਹਾਂ। ਅਤੇ 1300 ਬੱਚਿਆਂ ਦਾ ਖਾਣਾ, ਤੁਸੀਂ ਸੋਚੋ ਕਿ ਇੱਕ ਆਮ ਇਨਸਾਨ ਦੀ ਇੰਨੀ ਹੈਸੀਅਤ ਨਹੀਂ ਹੁੰਦੀ ਕਿ 1300 ਬੱਚਿਆਂ ਨੂੰ ਖਾਣਾ ਖਿਲਾ ਪਾਏ। ਮੈਂ ਸ਼ੁਰੂ ਕੀਤਾ ਸੀ 5-10 ਬੱਚਿਆਂ ਤੋਂ, ਬਾਕੀ ਉਹ ਈਸ਼ਵਰ ਦੀ ਕਿਰਪਾ ਜੁੜਦੀ ਗਈ, ਇਹਨਾਂ ਦੇ ਪੈਰਾਂ ਪਿੱਛੇ ਉਹ ਲੰਗਰ ਦੀ ਵਿਵਸਥਾ ਹੁੰਦੀ ਗਈ। ਅਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਹੋਰ ਹੋਏਗੀ। ਅਤੇ ਮੈਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਜੇ ਆਪਣੀ ਜ਼ਿੰਦਗੀ ਨੂੰ ਸੁਧਾਰਨਾ ਚਾਹੁੰਦੇ ਹੋ, ਮੰਦਿਰ ਮਸਜਿਦਾਂ 'ਚੋਂ ਆਪਾਂ ਬੜੇ ਧੱਕੇ ਖਾ ਕੇ, ਕਿਉਂਕਿ ਮੈਂ ਵੀ ਇਹੀ ਕੰਮ ਕਰਦੀ ਸੀ, ਪੰਡਿਤਾਂ ਦੇ ਕਹਿਣ ਨਾਲ ਕਾਲੇ ਕੁੱਤੇ ਨੂੰ ਖਿਲਾਤਾ, ਪੰਡਿਤਾਂ ਦੇ ਕਹਿਣ ਨਾਲ ਕਿਸੇ ਗਾਂ ਨੂੰ ਰੋਟੀ ਪਾਤੀ, ਨਹੀਂ, ਉਹ ਕਦੀ ਕਿਤੇ ਨਹੀਂ। ਤੁਸੀਂ ਆਪਣੀ ਰੋਜ਼ ਦੀ ਰੂਟੀਨ 'ਚ, ਰੋਜ਼ਮਰਾ ਦੀ ਰੂਟੀਨ 'ਚ ਸਿਰਫ 2 ਬੇਜ਼ੁਬਾਨਾਂ ਦੀ ਸੇਵਾ ਚੁੱਕ ਕੇ ਦੇਖੋ, ਜਿੱਥੋਂ ਤੁਸੀਂ ਦਿਲੋਂ ਕਰੋ।
ਕਰੋ, ਆਪਣੀ ਰੋਟੀ ਖਾਣ ਤੋਂ ਪਹਿਲਾਂ ਉਹ ਦੋ ਬੇਜ਼ੁਬਾਨਾਂ ਦਾ ਧਿਆਨ ਆਏ ਕਿ ਉਹਨਾਂ ਨੇ ਰੋਟੀ ਖਾਧੀ, ਪਾਣੀ ਪੀਤਾ, ਬਸ ਇੰਨਾ ਹੀ ਬਹੁਤ ਹੈ ਜ਼ਿੰਦਗੀ ਪਲਟਣ ਵਾਸਤੇ। ਸਿਰਫ਼ ਇਹ ਸੱਚਾਈ ਅਤੇ ਇਮਾਨਦਾਰੀ ਦੀ ਜ਼ਰੂਰਤ ਹੈ। ਜੇ ਤੁਸੀਂ ਇਹ ਕੰਮ ਕਰ ਲਓਗੇ ਤਾਂ ਤੁਸੀਂ ਦੇਖਿਓ ਕਿ ਮਹੀਨਿਆਂ ਦੇ ਅੰਦਰ ਤੁਹਾਡੀ ਜ਼ਿੰਦਗੀ ਇਉਂ ਪਲਟੇਗੀ ਜਿਸ ਤਰ੍ਹਾਂ ਕਦੀ ਤੁਸੀਂ ਸੋਚਿਆ ਵੀ ਨਹੀਂ ਹੋਏਗਾ। ਬਿਲਕੁਲ, ਕਰੋੜਾਂ ਰੁਪਏ ਦਾ ਘਰ ਅਸੀਂ ਦੇਖਿਆ, ਬਹੁਤ ਖੂਬਸੂਰਤ ਘਰ ਤੁਸੀਂ ਬਣਾਇਆ ਹੋਇਆ। ਪਰਿਵਾਰ ਦੇ ਸਦੱਸਿਆਂ ਨੇ ਕਹਿੰਦੇ ਵੀ ਇੰਨਾ ਮਹਿੰਗਾ, ਇੰਨਾ ਵਧੀਆ ਆਪਾਂ ਘਰ ਬਣਾਇਆ, ਤੁਸੀਂ ਕਿੱਧਰ ਨੂੰ ਲਗਾ ਦਿੱਤਾ? ਦੇਖੋ, ਪਰਿਵਾਰ ਦੇ ਸਦੱਸਿਆ ਇਸ ਕਰਕੇ ਨਹੀਂ ਕਹਿੰਦੇ, ਜਦੋਂ ਮੈਂ ਸਟਾਰਟ ਕੀਤਾ ਸੀ 5-10 ਬੱਚਿਆਂ ਤੋਂ ਸਟਾਰਟ ਕੀਤਾ ਸੀ, ਥੋੜ੍ਹੀ ਪ੍ਰੋਬਲਮ ਹੋਈ, ਉਹਨਾਂ ਨੇ ਰੋਕਿਆ, 15 ਹੋਏ, ਫਿਰ 20 ਹੋਏ, 25 ਹੋਏ। ਮੇਰੇ ਹਸਬੈਂਡ ਮੈਨੂੰ 50,000 ਤੋਂ ਲੈ ਕੇ 1,00,000 ਰੁਪਇਆ ਤੱਕ ਦਿੰਦੇ ਸੀਗੇ ਕਿ ਤੂੰ ਇਹ ਖਰਚ ਲੈ, ਕਿਉਂਕਿ ਭਗਵਾਨ ਦੀ ਬਹੁਤ ਕਿਰਪਾ ਸੀਗੀ ਮੇਰੇ ਫੈਮਿਲੀ 'ਤੇ ਬਹੁਤ ਜ਼ਿਆਦਾ। ਅਤੇ ਮੈਂ ਉਹ ਪੈਸਿਆਂ ਦਾ ਕਿੰਝ ਇਸਤੇਮਾਲ ਕਰਦੀ ਸੀ, ਮੈਂ ਪੈਸਿਆਂ ਨੂੰ ਇਹਨਾਂ 'ਤੇ ਹੀ ਲਗਾ ਦਿੰਦੀ ਸੀ। ਉਸ ਤੋਂ ਬਾਅਦ ਮੇਰੇ ਫੰਡਸ ਜਿਹੜੇ ਆ ਉਹ ਸ਼ੋਰਟ ਹੋਣੇ ਸ਼ੁਰੂ ਹੋ ਗਏ। ਉਹ ਬੋਲਦੇ ਮੈਂ 1,00,000 ਰੁਪਏ ਦਿੱਤਾ, ਉਹ ਕਿੱਥੇ ਗਿਆ? ਕਿਉਂਕਿ ਜਦੋਂ ਤੁਸੀਂ ਜਾਨਵਰਾਂ ਨੂੰ ਖਿਲਾਉਂਦੇ ਹੋ ਬੇਜ਼ੁਬਾਨਾਂ ਨੂੰ, ਉਹ ਵੱਧਦੇ ਜਾਂਦੇ ਸੀ। ਮੇਰੀ ਉਹ ਪੋਕਿਟ ਮਨੀ ਵੀ ਜਿਹੜੀ ਉਹ ਘੱਟ ਪੈਣ ਲੱਗ ਗਈ। ਫਿਰ ਮੈਂ ਕੀ ਕਰਨਾ, ਹਾਸੇ ਵਾਲੀ ਗੱਲ ਹੈ, ਮੈਂ ਆਪਣੇ ਹਸਬੈਂਡ ਦੇ ਪੈਸੇ ਚੁਰਾਉਣ ਲੱਗ ਗਈ। ਚੁਰਾਉਂਦੀ ਇਸ ਕਰਕੇ ਸੀ ਕਿ ਇਹ ਨੇਕ ਕੰਮ 'ਚ ਲਗਾਏ ਕਰਨੀ ਆ, ਮੈਨੂੰ ਵੀ ਪਤਾ ਕਿ ਮੈਂ ਕਿਤੇ ਉਡਾਉਂਦੀ ਨਹੀਂ ਪਈ। ਉਹ ਮੇਰੇ ਹਸਬੈਂਡ ਨੂੰ ਵੀ ਜਦੋਂ ਪਤਾ ਲੱਗਿਆ ਕਿ ਇਹ ਤਾਂ ਮੇਰੇ ਪੈਸੇ ਵੀ ਅਕਾਊਂਟ 'ਚੋਂ ਕੱਢੀ ਜਾਂਦੀ ਪਈ ਹੈ ਜਾਂ ਮੇਰੇ ਉਹਦੇ 'ਚੋਂ ਕੱਢੀ ਜਾਂਦੀ ਹੈ, ਤਾਂ ਉਹਨਾਂ ਨੇ ਮੈਨੂੰ 1-2 ਵਾਰੀ ਡਾਂਟਿਆ। ਮੈਂ ਬੋਲਿਆ, ਦੇਖੋ ਪਲੀਜ਼ ਮੈਨੂੰ ਇਹ ਕੰਮ ਕਰਨ ਤੋਂ ਨਾ ਰੋਕੋ, ਇਹਦਾ ਜਿਹੜਾ ਹੈ ਇਹ ਸਿਲਾ ਜਿਹੜਾ ਬਹੁਤ ਵੱਡਾ ਮਿਲਣਾ। ਉਹ ਉਸ ਵਕਤ ਉਹਨਾਂ ਨੇ ਮੇਰੀ ਭਾਵਨਾ ਸਮਝੀ, ਮੇਰੇ ਨਾਲ ਖੜੇ ਰਹੇ। ਅਤੇ ਅੱਜ ਦੀ ਡੇਟ 'ਚ ਫਿਰ ਮੈਂ ਇੰਸਟਾਗ੍ਰਾਮ 'ਤੇ ਪੇਜ ਬਣਾਇਆ ਜਿੱਥੇ ਮੇਰੇ ਵਰਗੀ ਸੋਚ ਵਾਲੇ ਬੰਦੇ ਜਿਹੜੇ ਮਿਲੇ। ਅੱਜ ਮੈਂ ਪਠਾਨਕੋਟ ਦੇ ਵਿੱਚ ਇਹ ਕੰਮ ਕਰਨੀ ਆ, ਮੈਨੂੰ ਹਜ਼ਾਰਾਂ ਹੀ ਲੋਕ ਦੇਖਦੇ ਨੇ ਕਿ ਇਹ ਲੇਡੀ ਰੋਜ਼ ਰਾਤੀ ਜਾਂਦੀ ਹੈ, ਜਾਂ ਇੱਥੇ ਆ ਕੇ ਵੀ ਹਰ ਕੋਈ ਦੇਖ ਸਕਦਾ ਹੈ ਕਿ ਲੰਗਰ ਬੰਦਾ ਪਿਆ। ਪਰ ਮੈਂ ਇਹ ਕਹਾਂਗੀ ਕਿ ਪਠਾਨਕੋਟ ਦੇ ਲੋਕਾਂ 'ਚੋਂ ਮੈਨੂੰ ਬਹੁਤ ਇੱਕੇ ਦੁੱਕੇ ਲੋਕ ਹੋਣਗੇ ਜਿਹੜੇ ਮੈਨੂੰ ਮਦਦ ਦੇ ਨਾਮ 'ਚ ਕਦੀ ਆਟਾ ਦੇ ਜਾਂਦੇ ਨੇ, ਕਦੀ ਕੋਈ 1 ਬੋਰੀ ਚਾਵਲ ਦੀ ਪਕੜਾ ਜਾਣਗੇ, ਜਾਂ ਕਦੀ ਦੁੱਧ ਦੇ ਪੈਕਟ ਦੇ ਜਾਣਗੇ। ਸਿਰਫ ਇੰਨਾ ਹੀ, ਇਹ ਜਿੰਨੀ ਵੀ ਮਦਦ ਆਏ ਕਰਦੀ ਹੈ ਇਹ ਅਨਐਕਸਪੈਕਟਿਡ ਲੋਕਾਂ ਤੋਂ। ਉਹ ਲੋਕ ਕੌਣ ਨੇ ਮੈਨੂੰ ਪਤਾ ਵੀ ਨਹੀਂ, ਨਾ ਮੈਂ ਕਦੀ ਉਹਨਾਂ ਨੂੰ ਮਿਲੀ, ਨਾ ਮੈਂ ਕਦੀ ਜਾਣਦੀ ਹਾਂ, ਕਿਉਂਕਿ ਮੈਨੂੰ ਲੱਗਦਾ ਹੈ ਕਿ ਉਹ ਈਸ਼ਵਰ ਨੇ ਹੀ, ਉਹ ਈਸ਼ਵਰ ਹੀ ਮੇਰੇ ਮਤਲਬ ਮੈਨੂੰ ਉਹ ਭੇਜਦਾ ਪਿਆ ਉਹ ਲੋਕਾਂ ਦੇ ਦੁਆਰਾ। ਕੌਣ ਉਹ ਲੋਕ ਨੇ? ਉਹ ਲੋਕ ਨਾ ਮੈਨੂੰ ਜਾਣਦੇ, ਨਾ ਮੈਂ ਉਹਨਾਂ ਨੂੰ ਜਾਣਦੀ ਹਾਂ, ਸਿਰਫ ਮੈਂ ਈਸ਼ਵਰ ਨੂੰ ਜਾਣਦੀ ਹਾਂ, ਆਪਣੀ ਇਹ ਸੇਵਾ ਨੂੰ ਜਾਣਦੀ ਹਾਂ। ਉਹ ਕਿੰਝ ਕਰੀ ਜਾਂਦਾ ਮੈਨੂੰ ਆਪ ਵੀ ਨਹੀਂ ਪਤਾ ਲੱਗਦਾ। ਅਤੇ ਅੱਜ ਦੀ ਡੇਟ 'ਚ ਮੈਂ ਪੂਰਾ ਸਰੈਂਡਰ ਕਰ ਦਿੱਤਾ ਇਹ ਸਾਰੀਆਂ ਚੀਜ਼ਾਂ। ਜਦੋਂ ਮੇਰੀ ਫੈਮਿਲੀ ਨੇ ਵੀ ਦੇਖਿਆ ਕਿ ਸਾਡੇ ਜਿਹੜੇ ਹੈ ਮੇਰੇ ਹਸਬੈਂਡ ਦੇ ਕਈ ਇਹੋ ਜਿਹੇ ਕੰਮ ਸੀਗੇ ਜਿਹੜੇ ਬਹੁਤ ਅਟਕੇ ਹੋਏ ਸੀਗੇ, ਮਤਲਬ ਪ੍ਰੋਪਰਟੀ ਦੀਆਂ ਜਿਹੜੀਆਂ ਚੀਜ਼ਾਂ ਫਸੀ ਦੀਆਂ ਸੀਗੀਆਂ, ਇਹਨਾਂ ਦੀ ਸੇਵਾ ਦੇ ਕਰਨ ਦੇ ਨਾਲ ਉਹ ਨਿਕਲਣੀਆਂ ਸ਼ੁਰੂ ਹੋ ਗਈਆਂ। ਮੇਰੇ ਹਸਬੈਂਡ ਦੀ ਇਨਕਮ ਵਧਣੀ ਸ਼ੁਰੂ ਹੋ ਗਈ, ਹੋਰ ਜ਼ਿਆਦਾ ਅੱਛਾ ਫੀਲ ਹੋਣਾ ਸ਼ੁਰੂ ਹੋ ਗਿਆ, ਸਾਡੇ ਘਰ ਦੇ ਬੱਚੇ, ਹਰ ਚੀਜ਼ ਜਿਹੜਾ ਇੱਕ ਹਰ ਚੀਜ਼ ਬਦਲਦੀ ਗਈ। ਅਤੇ ਜਦੋਂ ਉਹਨਾਂ ਨੂੰ ਵੀ ਸਮਝ ਆ ਗਿਆ ਕਿ ਇਹ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ, ਇਹ ਰੱਬ ਦੀ ਹੀ ਪੂਜਾ ਹੈ, ਅਤੇ ਉਹ ਅੱਜ ਮੇਰੇ ਨਾਲ ਡੱਟ ਕੇ ਖੜ੍ਹੇ ਹੁੰਦੇ ਨੇ। ਜਿੱਥੇ ਮੈਂ ਖੜੋਨੀ ਹਾਂ ਮੇਰੇ ਹਸਬੈਂਡ ਮੇਰੇ ਪਿੱਛੇ ਰਹਿੰਦੇ ਨੇ, ਮੇਰੇ ਬੇਟੇ ਮੇਰੇ ਨਾਲ ਰਹਿੰਦੇ ਨੇ। ਅਤੇ ਇਸ ਤੋਂ ਵਧੀਆ ਗੱਲ ਕੋਈ ਨਹੀਂ, ਕਿਉਂਕਿ ਜੋ ਮੈਂ ਜਾਣ ਗਈ ਉਹ ਸੀਕਰਟ ਮੇਰੇ ਫੈਮਿਲੀ ਵੀ ਜਾਣ ਗਈ, ਹੌਲੀ ਹੌਲੀ ਇਹ ਸੀਕਰਟ ਮੈਂ ਕਹਿੰਦੀ ਹਾਂ ਕਿ ਸਾਰੇ ਲੋਕ ਜਾਣਨ ਅਤੇ ਆਪਣੀ ਜ਼ਿੰਦਗੀ ਨੂੰ ਪਲਟਣ। ਤਾਦਾਦ ਬਹੁਤ ਵੱਡੀ ਹੈ, ਮੈਨੇਜ ਕਿਵੇਂ ਹੁੰਦਾ ਕਿ ਹੋਰ ਲੋਕ ਵੀ ਸਹਿਯੋਗ ਕਰਦੇ ਇਸ ਦੇ ਵਿੱਚ, ਕਿਉਂਕਿ ਖਾਣਾ ਬਣਨਾ ਰੂਟੀਨ ਨਾਲ, ਖਾਣਾ ਵੰਡਣ ਜਾਣਾ, ਕਿੰਨੇ ਲੋਕਾਂ ਦੀ ਟੀਮ ਤੁਹਾਡੇ ਨਾਲ ਜੁੜੀ ਹੋਈ ਹੈ? ਦੇਖੋ, ਇਹ ਕੰਮ ਵਾਕਈ ਬਹੁਤ ਜਿੰਨਾ ਦੇਖਣ 'ਚ ਆਸਾਨ ਲੱਗਦਾ ਹੁੰਦਾ, ਬਹੁਤ ਜ਼ਿਆਦਾ ਟਫ ਹੈ। ਮੇਰੀ ਜਿਹੜੀ ਦਿਨ ਚਰਿਆ ਆ, ਤੁਸੀਂ ਦੇਖੋ ਕਿ ਮੈਂ 6 ਵਜੇ ਸਵੇਰੇ ਉੱਠਣੀ ਹਾਂ, 6 ਵਜੇ ਤੋਂ ਲੈ ਕੇ ਰਾਤ ਦੀ ਜਿਹੜੀ ਮੇਰੀ ਫੀਡਿੰਗ ਹੈ ਉਹ 11:30-12 ਵਜੇ ਖਤਮ ਹੁੰਦੀ ਹੈ, ਮੈਂ 12 ਵਜੇ ਘਰ ਆਉਂਦੀ ਹਾਂ। ਉਸ ਤੋਂ ਇਲਾਵਾ ਮੇਰੀ ਟੀਮ ਲੱਗੀ ਪਈ ਹੈ, ਇੱਥੋਂ ਕੋਈ ਵਲੰਟੀਅਰ ਨਹੀਂ ਮਿਲਦੇ, ਕਿਉਂਕਿ ਇਹ ਕੰਮ ਨੂੰ ਜਿਹੜੇ ਇੱਥੋਂ ਦੇ ਲੋਕ ਨੇ ਨਾ ਮੈਨੂੰ ਕਹਿੰਦੇ ਕੋਈ ਗੁਰੇਜ਼ ਨਹੀਂ ਹੈ, ਇਹਨੂੰ ਛੋਟਾ ਸਮਝਦੇ ਨੇ। ਜਿੱਥੇ ਆਪਾਂ ਖਾਣਾ ਬਣਾਉਂਦੇ ਹਾਂ ਜਾਂ ਜਿੱਥੇ ਡੌਗ ਰਹਿੰਦੇ ਨੇ, ਲੋਕ ਆਓ ਨੱਕ
ਬੰਦ ਕਰਕੇ ਨਿਕਲਦੇ ਨੇ, ਜਿਹੜੀ ਬਹੁਤ ਹੀ ਸ਼ਰਮਨਾਕ ਚੀਜ਼ ਹੈ। ਕਈ ਵਾਰੀ ਮੈਨੂੰ ਲੱਗਦਾ ਹੈ ਕਿ ਮੈਂ ਇਹਨਾਂ ਨੂੰ ਬੋਲਾਂ, ਪਰ ਮੈਨੂੰ ਪੱਥਰਾਂ ਨੂੰ ਸਮਝਾਉਣ ਦਾ ਮਨ ਨਹੀਂ ਕਰਦਾ, ਕਿਉਂਕਿ ਲੋਕ ਇਹੋ ਜਿਹੇ ਲੋਕ ਪੱਥਰ ਦਿਲ ਹੀ ਹੁੰਦੇ ਨੇ। ਉਹਨਾਂ ਨੂੰ ਇਹਨਾਂ ਤੋਂ ਬਦਬੂ ਆਉਂਦੀ ਹੈ, ਇਹਨਾਂ ਦੇ ਸਰੀਰ 'ਚੋਂ ਬਦਬੂ ਆਉਂਦੀ ਹੈ, ਜਦਕਿ ਮੈਂ ਇਹੋ ਜਿਹਿਆਂ ਨੂੰ ਤਾਂ ਇਨਸਾਨਾਂ ਦੀ ਗਿਣਤੀ 'ਚ ਨਹੀਂ ਗਿਣਦੀ। ਅਤੇ ਇਹ ਵਾਕਈ ਬਹੁਤ ਟਫ ਕੰਮ ਹੈ, ਇਹ ਜਿਹੜਾ ਟਫ ਕੰਮ ਹੈ ਇਨਸਾਨ ਆਪੇ ਨਹੀਂ ਕਰਦਾ, ਇਹ ਅਲੌਕਿਕ ਸ਼ਕਤੀਆਂ ਜਿਹੜੀਆਂ ਇਹ ਕੰਮ ਕਰਾਉਂਦੀਆਂ। ਅਤੇ ਮੈਂ ਕਹਾਂਗੀ ਕਿ ਇਹ ਭਗਵਾਨ ਦੀ ਕਿਰਪਾ ਹੈ ਜਿਹੜਾ ਇਹ ਕੰਮ ਹੋਏ ਕਰਦਾ ਹੈ। ਅਤੇ ਮੈਨੂੰ ਉਹ ਟੀਮ ਜਿਹੜੀ ਹੈ ਭਗਵਾਨ ਨੇ ਸੌਂਪੀ ਦੀ ਹੈ, ਮੇਰੇ ਤੋਂ ਇਲਾਵਾ 15 ਜਿਹੜੇ ਮੇਰੇ ਸਟਾਫ ਮੈਂਬਰ ਨੇ ਉਹ ਦਿਨ ਰਾਤ ਜਿਹੜੇ ਹੈ ਇਸ ਚੀਜ਼ ਨੂੰ ਕਰਦੇ ਨੇ, ਤਾਂ ਜਾ ਕੇ ਇਹ ਟਾਸਕ ਪੂਰਾ ਹੁੰਦਾ। ਕੰਮ ਬੜਾ ਨੇਕ ਤੁਹਾਡੇ ਵੱਲੋਂ ਕੀਤਾ ਜਾ ਰਿਹਾ, ਪਰ ਇੱਦਾਂ ਨਹੀਂ ਕਿ ਸਾਰੇ ਲੋਕ ਇਸ ਨੂੰ ਵਧੀਆ ਕਹਿਣ। ਕਈ ਲੋਕ ਅਜਿਹੇ ਵੀ ਹੁੰਦੇ ਹੋਣੇ ਆ ਜਿਹੜਾ ਇਸਦੀ ਨਿੰਦਿਆ ਕਰਦੇ ਹੋਣੇ ਆ ਜਾਂ ਨੁਕਸਾਨ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋਣ। ਬਿਲਕੁਲ, ਦੇਖੋ ਜੀ, ਮੇਰੀ ਫੀਡਿੰਗ ਨੂੰ 3 ਸਾਲ ਹੋ ਗਏ ਆਪਾਂ ਕਰਾਉਂਦੇ ਹਾਂ, ਅਲੱਗ ਅਲੱਗ ਮੁਹੱਲਿਆਂ 'ਚ ਜਾਣਾ ਪੈਂਦਾ। ਮੇਰੀਆਂ 3 ਵਾਰੀ ਹੱਥੋਂ ਪਾਈ, ਜਿਸ ਜਗ੍ਹਾ 'ਤੇ ਮੈਂ ਖੜੀ ਹਾਂ, ਜਿਸ ਇਸੇ 'ਤੇ ਹੀ ਇਹ ਪੂਰੇ ਏਰੀਆ ਦੇ ਜਿੰਨੇ ਵੀ ਲੋਕ ਹੈ ਮੈਨੂੰ ਕੁੱਟਣ ਆ ਗਏ ਸੀਗੇ ਕਿ ਤੁਸੀਂ ਆਹ ਕੁੱਤਿਆਂ ਨੂੰ ਖਾਣਾ ਨਹੀਂ ਪਾ ਸਕਦੇ। ਅਤੇ ਮੇਰੀ ਇੱਕੋ ਹੀ ਗੱਲ ਹੁੰਦੀ ਹੈ, ਚਾਹੇ ਮੈਨੂੰ ਤਲਵਾਰ ਨਾਲ ਕੱਟ ਦਿਓ, ਆਹ ਕੁੱਤੇ ਨਹੀਂ ਹੈ ਮੇਰੇ ਵਾਸਤੇ, ਬੱਚੇ ਨੇ। ਜਿਵੇਂ ਸਾਨੂੰ ਭੁੱਖ ਲੱਗਦੀ ਹੈ ਇਵੇਂ ਇਹਨਾਂ ਨੂੰ ਵੀ ਲੱਗਦੀ ਹੈ, ਮੈਂ ਡਰਦੀ ਨਹੀਂ। ਅਤੇ ਹੁਣ ਇੰਸਟਾਗ੍ਰਾਮ 'ਤੇ ਸਾਡੇ ਫੋਲੋਅਰਸ ਦੇਖ ਕੇ ਥੋੜ੍ਹੀ ਬਹੁਤ ਉਹਨਾਂ ਨੂੰ ਡਰ ਲੱਗਣਾ ਸ਼ੁਰੂ ਹੋ ਗਿਆ ਕਿ ਇਹਨਾਂ ਨਾਲ ਪੰਗੇ ਨਹੀਂ ਲੈਣੇ। ਅਤੇ ਆਪਾਂ ਵੀ ਕੋਈ ਪੰਗੇ ਵਾਲਾ ਕੰਮ ਨਹੀਂ ਕਰਦੇ, ਕਿਸੇ ਵੀ ਕਾਲੋਨੀ 'ਚ ਜਾਂਦੇ ਹਾਂ, ਬੜੇ ਹੀ ਤਮੀਜ਼ ਦੇ ਨਾਲ ਉਹਨਾਂ ਨੂੰ ਪੇਸ਼ ਆਈਦਾ ਕਿ ਦੇਖੋ ਜੀ ਆਪਾਂ ਖਾਣਾ ਪਾਉਣ ਆਇਆ, ਕੋਈ ਕੰਟਰੋਵਰਸੀ ਕ੍ਰੀਏਟ ਨਹੀਂ ਕਰਨੀ, ਤੁਸੀਂ ਜਿੱਥੇ ਕਹੋਗੇ ਉੱਥੇ ਖਾਣਾ ਪਾ ਦਾਂਗੇ। ਈਵਨ ਆਪਾਂ ਸਫਾਈ ਦਾ ਵੀ ਉੱਥੇ ਧਿਆਨ ਰੱਖਦੇ ਹਾਂ, ਝਾੜੂ ਲੈ ਕੇ ਜਾਂਦੇ ਹਾਂ, ਜੋ ਕਹਿੰਦੇ ਕਿ ਇੱਥੇ ਪਤਲਾਂ ਨਹੀਂ ਡਿੱਗਣੀਆਂ ਚਾਹੀਦੀਆਂ, ਆਪਾਂ ਪਤਲਾ ਵੀ ਉਸੇ ਵਕਤ ਉੱਥੋਂ ਚੁਕਵਾਉਂਦੇ ਹਾਂ। ਮੈਂ ਆਪਣੀ ਪੂਰੀ ਟੀਮ ਨੂੰ ਇਹ ਹਦਾਇਤ ਦਿੱਤੀ ਦੀ ਹੈ ਵੀ ਕਿਸੇ ਨਾਲ ਬਹਿਸਣਾ ਨਹੀਂ, ਕਿਉਂਕਿ ਸੇਵਾ ਦੇ ਕੰਮ 'ਚ ਹਮੇਸ਼ਾ ਝੁਕਿਆ ਜਾਂਦਾ, ਜੇ ਆਪਾਂ ਆਕੜ ਕਰਾਂਗੇ ਤਾਂ ਸ਼ਾਇਦ ਇਹ ਸੇਵਾ ਹੀ ਨਾ ਕਰ ਪਾਈਏ। ਬਿਲਕੁਲ, ਬੜੇ ਨੇਕ ਵਿਚਾਰ ਨੇ ਤੁਹਾਡੇ। ਕੁਝ ਆਖੀਰ ਦੇ ਵਿੱਚ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ? ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਅੱਜ ਦੀ ਡੇਟ ਵਿੱਚ ਇਨਸਾਨ ਬਹੁਤ ਦੁਖੀ ਹੈ, ਕਦੀ ਗਹਿਰੇ ਬੈਠ ਕੇ ਸੋਚੇ ਕਿ ਆਪਾਂ ਇੰਨੇ ਦੁਖੀ ਕਿਉਂ ਹਾਂ, ਕਿਉਂ ਇੰਨੇ ਫਰਸਟ੍ਰੇਟਿਡ ਹਾਂ। ਆਪਾਂ ਇਹ ਚੀਜ਼ ਨੂੰ ਸੋਚਦੇ ਹੀ ਨਹੀਂ ਕਿ ਕਿਉਂਕਿ ਅਸੀਂ ਸਿਰਫ ਆਪਣੇ ਤੱਕ ਹੀ ਸੀਮਿਤ ਹਾਂ, ਆਪਣਾ ਪਰਿਵਾਰ, ਆਪਣੀ ਬੀਵੀ, ਆਪਣੇ ਬੱਚੇ, ਆਪਣਾ ਕਾਰੋਬਾਰ। ਜਦੋਂ ਆਪਾਂ ਇਹ ਸਾਰੀਆਂ ਚੀਜ਼ਾਂ ਤੋਂ ਬਾਹਰ ਆਵਾਂਗੇ, ਜਾਂ ਜ਼ਿਆਦਾ ਤੋਂ ਜ਼ਿਆਦਾ ਭਗਵਾਨ ਦੀ ਵੀ ਪੂਜਾ ਆਪਾਂ ਕਿਉਂ ਕਰਨੇ ਹਾਂ, ਕਿਉਂਕਿ ਡਿਮਾਂਡਾਂ ਲੈਣੀਆਂ, ਮੈਨੂੰ ਸਾਨੂੰ ਗੱਡੀ ਚਾਹੀਦੀ ਹੈ, ਕਿਸੇ ਨੂੰ ਚਾਹੀਦਾ ਉਹਦੇ ਘਰ 'ਚ ਮਤਲਬ ਕੋਠੀ ਆ ਜਾਏ ਜੇ ਕਿਰਾਏ 'ਤੇ, ਅਤੇ ਆਪਣਾ ਘਰ ਬਣ ਜਾਏ, ਮਤਲਬ ਛੋਟੀਆਂ ਛੋਟੀਆਂ ਡਿਮਾਂਡਾਂ। ਅਸੀਂ ਈਸ਼ਵਰ ਨੂੰ ਵੀ ਪਿਆਰ ਨਹੀਂ ਕਰਦੇ, ਜੇ ਆਪਾਂ ਵਾਕਈ ਈਸ਼ਵਰ ਨਾਲ ਪਿਆਰ ਕਰਾਂਗੇ ਨਾ, ਤਾਂ ਉਹਦੇ ਹਰ ਜ਼ਰੇ ਜ਼ਰੇ ਨਾਲ ਪਿਆਰ ਹੋ ਜਾਏਗਾ। ਅਤੇ ਸਭ ਤੋਂ ਪਹਿਲਾਂ ਸਾਨੂੰ ਇਮਾਨਦਾਰ ਹੋਣ ਦੀ ਜ਼ਰੂਰਤ ਹੈ ਕਿ ਆਪਾਂ ਇਸ ਧਰਤੀ 'ਤੇ ਕਿਉਂ ਆਏ, ਇੱਕ ਗਹਿਰਾ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਆਪਾਂ ਖਾਣ ਪੀਣ ਆਏ ਜਾਂ ਸਿਰਫ ਆਪਣੇ ਪਰਿਵਾਰ ਦਾ ਪੇਟ ਭਰਨ ਆਏ। ਆਪਣੀ ਮੌਤ ਇਨਸਾਨ ਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ, ਜਿਹੜਾ ਮੌਤ ਭੁਲਾ ਕੇ ਬੈਠਾ ਨਾ, ਉਹਦੇ ਵਾਸਤੇ ਮਤਲਬ ਉਹਨੂੰ ਇਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ। ਪਰ ਜਿਹਨੂੰ ਸਾਕਸ਼ਾਤ ਈਸ਼ਵਰ ਜ਼ਰੇ ਜ਼ਰੇ 'ਚ ਲੱਭਦਾ ਜਾਂ ਉਹਨੂੰ ਆਪਣੀ ਮੌਤ ਯਾਦ ਹੈ, ਤਾਂ ਉਹ ਆਪਣੇ ਤੋਂ ਪਹਿਲਾਂ ਇਹ ਜਾਨਵਰਾਂ ਦਾ ਸੋਚੇਗਾ, ਕਿਉਂਕਿ ਪਸ਼ੂਪਤੀਨਾਥ, ਤੁਹਾਨੂੰ ਪਤਾ ਸ਼ਿਵ ਜੀ ਜਿਹੜੇ ਹੈ ਉਹ ਇਹਨਾਂ ਆਪਾਂ ਕਿਹੜੇ ਮੂੰਹ ਨਾਲ ਉਹਨਾਂ ਦੇ ਮੰਦਰ ਜਾਂਦੇ ਹਾਂ, ਜਿਹੜੇ ਇਹਨੂੰ ਪੱਥਰ ਮਾਰਦੇ ਨੇ, ਬੱਟੇ ਮਾਰਦੇ ਨੇ, ਅਤੇ ਸ਼ਿਵ ਜੀ ਉੱਤੇ ਜਲ ਚੜ੍ਹਾਉਂਦੇ ਹਾਂ, ਇਹ ਧੋਖੇਬਾਜ਼ੀ ਕਰੇ ਕਰਦੇ ਹਾਂ। ਜਦੋਂ ਆਪਾਂ ਇਹ ਸਾਰੀਆਂ ਚੀਜ਼ਾਂ ਧੋਖਿਆਂ ਤੋਂ ਬਾਹਰ ਆਵਾਂਗੇ ਨਾ, ਤਾਂ ਈਸ਼ਵਰ ਨੂੰ ਪੂਜਾ ਕਰਨ ਵਾਸਤੇ ਸਾਨੂੰ ਅਲੱਗ ਤੋਂ ਮੰਦਰ ਜਾਣ ਦੀ ਜ਼ਰੂਰਤ ਨਹੀਂ ਪਏਗੀ। ਸਾਨੂੰ ਹਰ ਜ਼ਰੇ 'ਤੇ, ਹਰ ਜੀਵ ਦੇ ਵਿੱਚ ਈਸ਼ਵਰ ਨਜ਼ਰ ਆਏਗਾ। ਜਦੋਂ ਉਹ ਚੀਜ਼ ਕਰਨ ਲੱਗ ਜਾਂਗੇ, ਸਾਡੀ ਜ਼ਿੰਦਗੀ ਪਲਟਣੀ ਸ਼ੁਰੂ ਹੋ ਜਾਏਗੀ, ਕਿਉਂਕਿ ਆਪਾਂ ਸੱਚੇ ਅਤੇ ਇਮਾਨਦਾਰ ਬਣ ਜਾਂਗੇ। ਈਸ਼ਵਰ ਨੂੰ ਕਦੀ ਇਹ ਪਸੰਦ ਨਹੀਂ ਕਿ ਤੁਸੀਂ ਉਹਨਾਂ ਅੱਗੇ ਧੂਪ ਬੱਤੀਆਂ ਜਲਾਓ, ਤੁਸੀਂ ਉਹਨਾਂ ਦੇ ਮੰਤਰ ਜਾਪ ਕਰੋ, ਨਾ। ਈਸ਼ਵਰ ਸਿਰਫ ਸਾਡੇ ਕਰਮਾਂ ਦੀ ਪੂਜਾ ਚਾਹੁੰਦੇ ਨੇ। ਜਦੋਂ ਆਪਾਂ ਆਪਣੇ ਸੋਹਣੇ ਸੋਹਣੇ ਕਰਮ ਕਰਕੇ ਈਸ਼ਵਰ ਦੇ ਚਰਨਾਂ 'ਚ ਅਰਪਿਤ ਕਰਾਂਗੇ, ਕਿਆ ਉਹ ਕਮੀ ਰਹਿਣ ਦੇਗਾ? ਉਹ ਕੋਈ ਕਮੀ ਨਹੀਂ ਰਹਿਣ ਦੇਗਾ। ਜਿਸ ਤਰ੍ਹਾਂ ਮੇਰੀ ਜ਼ਿੰਦਗੀ ਪਲਟੀ ਹੈ, ਜੇ ਤੁਸੀਂ ਮੇਰੇ ਤੋਂ ਕੁਝ ਸਿੱਖਣਾ ਚਾਹੁੰਦੇ ਹੋ, ਮੇਰੀ ਇਹੀ ਸਭ ਨੂੰ ਅਪੀਲ ਹੈ, ਦਰਖਾਸਤ ਹੈ, ਰਿਕੁਐਸਟ ਹੈ ਕਿ ਪਲੀਜ਼, ਜੇ ਚਾਹੁੰਦੇ ਹੋ ਆਪਣੀ ਜ਼ਿੰਦਗੀ ਖੁਸ਼ਹਾਲ ਬਣਾਉਣੀ, ਤਾਂ ਸਿਰਫ 2 ਜਾਨਵਰਾਂ ਦਾ, 2 ਬੇਜ਼ੁਬਾਨਾਂ ਦਾ ਕਰਨਾ ਸੋਚ ਲਓ ਕਿ ਆਪਾਂ ਆਪਣੀ ਰੋਟੀ ਖਾਣ ਤੋਂ ਪਹਿਲਾਂ ਉਹਨਾਂ ਦਾ ਧਿਆਨ ਕਰ ਲਈਏ ਕਿ ਉਹਨਾਂ ਨੇ ਖਾਧੀ ਕਿ ਨਹੀਂ।
ਬਿਲਕੁਲ, ਇਹ ਸਨ ਸਾਡੇ ਨਾਲ ਸੋਨੀਆ ਚੌਧਰੀ ਜੀ, ਜੋ ਬੇਜ਼ੁਬਾਨ ਜਾਨਵਰਾਂ ਦੇ ਭੋਜਨ ਅਤੇ ਉਹਨਾਂ ਰਹਿਣ ਸਹਿਣ ਦਾ ਇੰਤਜ਼ਾਮ ਕਰ ਰਿਹਾ। ਉਹਨਾਂ ਦੇ ਬੜੇ ਨੇਕ ਵਿਚਾਰ ਆ। ਉਹਨਾਂ ਨੇ ਕਿਹਾ ਹੈ ਕਿ ਜੇਕਰ ਇਹਨਾਂ ਬੇਜ਼ੁਬਾਨਾਂ ਦੀ ਤੁਸੀਂ ਸੇਵਾ ਕਰ ਲਓ ਤਾਂ ਇਹ ਵੀ ਪਰਮਾਤਮਾ ਦੀ ਇਬਾਦਤ ਤੋਂ ਘੱਟ ਨਹੀਂ। ਪਠਾਨਕੋਟ ਤੋਂ ਜਤਿਨ ਸ਼ਰਮਾ, ਨਿਊਜ਼ 18 ਪੰਜਾਬ।